ਸਰਾਫ ਦੂੰਗਾ। ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਅਗਰ ਮੈਂ ਕੀਤੀ ਹੋਈ ਮੈਨੂੰ ਫੜ ਕੇ ਜੇਲ੍ਹ ਚ ਪਾ। ਸਿੱਧੂ ਮੂਸੇਵਾਲੇ ਕੇ ਪਿਤਾ ਕਾ ਛੋਟੇ ਸਿੱਧੂ ਕੋ ਲੇਕਰ ਆਇਆ ਬਹੁਤ ਹੀ ਬੜਾ ਬਿਆਨ। ਸਿੱਧੂ ਮੂਸੇਵਾਲੇ ਕੇ ਪਿਤਾ ਬਲਕਾਰ ਸਿੰਘ ਨੇ ਸਿੱਧੂ ਕੇ ਛੋਟੇ ਭਾਈ ਕੋ ਲੇਕਰ ਕੀਆ ਬਹੁਤ ਹੀ ਬੜਾ ਖੁਲਾਸਾ। ਆਗੇ ਹਮ ਆਪਕੇ ਸਾਥ ਕੰਪਲੀਟ ਵੀਡੀਓ ਸ਼ੇਅਰ ਕਰਨੇ ਵਾਲੇ ਹੈ, ਤੋ ਆਪ ਵੀਡੀਓ ਕੋ ਐਂਡ ਤੱਕ ਪੂਰਾ ਦੇਖੀਏਗਾ। ਜਹਾਂ ਤੱਕ ਕਿ ਸਿੱਧੂ ਮੂਸੇਵਾਲੇ ਕੇ ਛੋਟੇ ਭਾਈ ਕੇ ਇਸ ਦੁਨੀਆ ਮੇ ਆਤੇ ਹੀ ਪੂਰੀ ਦੁਨੀਆ ਭਰ ਮੇ ਸਭੀ ਲੋਕ ਜਸ਼ਨ ਕਾ ਮਾਹੌਲ ਬਣਾ ਰਹੇ ਥੇ ਔਰ ਕਾਫੀ ਸਾਰਾ ਜਸ਼ਨ ਮਨਾਇਆ ਜਾ ਰਹਾ ਥਾ ਛੋਟੇ ਸਿੱਧੂ ਕੇ ਆਤੇ। ਵਹੀਂ ਪਰ ਸਿੱਧੂ ਮੂਸੇਵਾਲੇ ਕੇ ਪਿਤਾ ਪਰ ਇੱਕ ਔਰ ਪਰੇਸ਼ਾਨੀ ਆ ਚੁੱਕੀ ਹੈ। ਵਹੀਂ ਪਰ ਆਪਕੋ ਬਤਾ, ਛੋਟੇ ਸਿੱਧੂ ਕੇ ਆਤੇ ਸਿੱਧੂ ਮੂਸੇਵਾਲੇ ਕੇ ਪਿਤਾ ਪਰ ਇਹ ਆਰੋਪ ਲਗਾਏ ਗਏ ਹੈ ਕਿ ਉਹਨੇ ਕਾਨੂੰਨ ਤੋੜਾ ਹੈ। ਇਸੀ ਕੋ ਲੇਕਰ ਆਖਿਰ ਕਿਆ ਕਹਾ ਸਿੱਧੂ ਮੂਸੇਵਾਲੇ ਕੇ ਪਿਤਾ ਨੇ, ਆਪ ਪਹਿਲੇ ਇਹ ਵੀਡੀਓ ਦੇਖੀਏ। ਮੈਂ ਇੱਕ ਸਾਬਕਾ ਫੌਜੀ, ਮੈਂ ਕਾਨੂੰਨ ਦੀ ਹਰ ਜਗ੍ਹਾ ਤੇ ਰਿਸਪੈਕਟ ਕਰਦਾ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂੰਗਾ। ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ, ਮੈਂ ਹਰ ਜਗ੍ਹਾ ਤੇ ਪਹੁੰਚੂਗਾ। ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ। ਤਾਂ तो ये सबका सिद्धू मूसे वाले के पिता ने जो भी उनके ऊपर आरोप लगाए गए थे कि ये बच्चा इनका नहीं है और उन्होंने कानून तोड़ा है, इसी बात को लेकर उनका ये कहना है उन्होंने कोई भी कानून नहीं तोड़ा है। जो भी ट्रीटमेंट है उनको पहले कंप्लीट होने दिया जाए, उसके बाद में वो सभी डॉक्यूमेंट के साथ में छोटे सिद्धू को घर लेकर जाएंगे। तो यही सब उनका कहना है। वैसे गाइस आप क्या कहना चाहेंगे अपनी राय कमेंट सेक्शन में जरूर देना। वीडियो को लाइक एंड चैनल को जरूर से सब्सक्राइब करना। मिलते हैं गाइस न्यू वीडियो के साथ, तब तक के लिए बाय, थैंक्स फॉर वॉचिंग वीडियो।